ਸੂਬੇ ਦੀ ਮਾਨ ਸਰਕਾਰ ਇਹ ਦਾਵਾ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਲੈ ਕੇ ਗਲੀ ਗਲੀ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦਾ ਵਧੀਆ ਇਲਾਜ ਕੀਤਾ ਜਾਵੇਗਾ। ਪਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਸ਼ਾਇਦ ਸਰਕਾਰ ਦੀਆਂ ਹਦਾਇਤਾਂ ਦਾ ਕੋਈ ਖਾਸ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ, ਇਸ ਲਈ ਲੋਕਾਂ ਨੂੰ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਲੱਗ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਅੱਜ ਸਿਵਲ ਹਸਪਤਾਲ ਦੇ ਵਿੱਚ ਪਰਚੀ ਵਾਲੇ ਕਾਊਂਟਰ 'ਤੇ ਲੰਮੀਆਂ ਕਤਾਰਾਂ ਨਜ਼ਰ ਆਈਆਂ। ਇਸ ਸੰਬੰਧ ਵਿੱਚ ਲੋਕਾਂ ਨੇ ਕਿਹਾ ਕਿ ਉਹ ਸਵੇਰ ਤੋਂ ਆ ਕੇ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ ਅਤੇ ਹੁਣ ਦੁਪਹਿਰ ਦੇ 12 ਵੱਜ ਚੁੱਕੇ ਹਨ, ਪਰ ਅਜੇ ਤੱਕ ਵੀ ਦਵਾਈਆਂ ਵਾਲੀਆਂ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ। ਹੋਰ ਕੀ ਕਿਹਾ ਉੱਥੇ ਖੜ੍ਹੇ ਲੋਕਾਂ ਨੇ, ਆਓ ਸੁਣਦੇ ਹਾਂ। ਮੈਂ ਹਰਪਾਲ ਸਿੰਘ ਮੱਲਾਂ ਵਾਲੇ ਤੋਂ, 2 ਹਫ਼ਤੇ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ। ਕੀ ਕਰਵਾਉਣ ਆਏ ਸੀ? ਮੈਂ ਅੱਖਾਂ ਦਾ ਟੈਸਟ ਕਰਵਾਉਣਾ ਜੀ। ਪਹਿਲੇ ਹਫ਼ਤੇ ਆਏ ਸੀ, ਕਹਿੰਦੇ ਵੀ ਡਾਕਟਰ ਹੈ ਨਹੀਂ ਇੱਥੇ, ਕਹਿੰਦੇ ਡਾਕਟਰ ਹੈ ਨਹੀਂ ਗਾ। ਪਿਛਲੇ ਵਾਰ ਆਇਆ ਕਹਿੰਦੇ ਵੀ ਉਹ ਵੀਰਵਾਰ ਡਾਕਟਰ ਰਹਿੰਦਾ ਹੈ। ਜਦੋਂ ਮੈਂ ਵੀਰਵਾਰ ਆਇਆ ਇੱਥੇ ਪਰਚੀ ਲੈਣ ਲੱਗਾ, ਲਾਈਨ 'ਚ ਖੜਾ ਸੀਗਾ ਪਹਿਲਾਂ, ਜਦ ਪਰਚੀ ਦੀ ਵਾਰੀ ਆਈ ਉਹ ਕਹਿੰਦੇ ਡਾਕਟਰ ਅੱਜ ਉੱਠ ਗਿਆ, ਉਹ ਸੋਮਵਾਰ ਮਿਲੇਗਾ ਅਤੇ 12 ਵਜੇ ਤੋਂ ਪਹਿਲਾਂ 12 ਵਜੇ ਤੱਕ ਉੱਠ ਜਾਏਗਾ ਡਾਕਟਰ। ਉਸ ਤੋਂ ਬਾਅਦ ਮੈਂ ਅੱਜ ਸੋਮਵਾਰ ਆਇਆ, ਸੋਮਵਾਰ ਸਵੇਰ ਦਾ ਕੇ ਲਾਈਨ 'ਚ ਲੱਗਾ। ਖੱਜਲ ਖਵਾਰੀ ਹੋ ਰਹੀ ਤੁਹਾਨੂੰ? ਕੱਜਲ ਖਵਾਰੀ 2 ਹਫ਼ਤੇ ਹੋ ਗਏ, ਇੱਕ ਅੱਖਾਂ ਦਿਖਾਓ ਚੈੱਕ ਕਰਾਉਣੀ ਆ, 2 ਹਫ਼ਤੇ ਹੋ ਗਏ ਆਉਂਦੇ ਨੂੰ ਚੈੱਕ ਕਰਵਾਉਣ ਲਈ। ਹਾਂਜੀ। ਅੱਛਾ, ਹੁਣ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਪਰੇਸ਼ਾਨੀ ਲਾਈਨ 'ਚ ਲੱਗੇ ਸਵੇਰ ਦੇ, ਅਜੇ ਪਤਾ ਨਹੀਂ ਜਦੋਂ ਪਰਚੀ ਕੱਟੀ ਚੀਜ਼ ਪਤਾ ਲੱਗਣਾ ਕਿ ਡਾਕਟਰ ਮਿਲੇ ਜਾਂ ਨਾ ਮਿਲੇ, ਕੋਈ ਪੱਕਾ। ਕਿੰਨੇ ਬੰਦੇ ਲੱਗੇ ਨੇ? ਅੱਗੇ ਜਾ ਕੇ ਦੇਖਿਆ ਨਹੀਂ ਮੈਂ, 2 ਜਾਂ 3 ਹੁੰਦੇ ਜੀ ਅੰਦਰ। ਕੀ ਖੱਜਲ ਖਰਾਬੀ ਹੋ ਰਹੀ ਹੈ? ਹਾਂਜੀ। ਹੁਣ ਕੀ ਸਰਕਾਰ ਤੋਂ? ਜੀ ਖੱਜਲ ਖਵਾਜ 2 ਹਫ਼ਤੇ ਹੋ ਗਏ ਮੈਨੂੰ ਆਉਂਦੇ ਨੂੰ। ਪਹਿਲੇ ਹਫ਼ਤੇ ਆਇਆ ਕਹਿੰਦੇ ਵੀ ਡਾਕਟਰ ਨਹੀਂ ਹੈ ਨਹੀਂ ਗਾ ਛੁੱਟੀ ਦੇ ਆ, ਕਹਿੰਦੇ ਦੂਜੀ ਵਾਰ ਆਇਆ ਕਹਿੰਦੇ ਉਹਦਾ ਕਹਿੰਦੇ ਵੀ ਅੱਜ ਡਾਕਟਰ ਉੱਠ ਗਿਆ, ਉਹ ਵੀਰਵਾਰ ਸੀਗਾ ਉਸ ਦਿਨ, ਕਹਿੰਦੇ ਵੀ ਡਾਕਟਰ ਉੱਠ ਗਿਆ ਸੋਮਵਾਰ ਮਿਲੂਗਾ। ਉਸ ਤੋਂ ਬਾਅਦ ਅੱਜ ਆਇਆ ਸੋਮਵਾਰ, ਅੱਜ ਸਵੇਰ ਦਾ ਕੇ ਲਾਈਨ 'ਚ ਲੱਗੇ ਹੋਏ ਹਾਂ। ਅਜੇ ਵਾਰੀ ਨਹੀਂ ਪਰਚੀ, ਅਜੇ ਕੱਟੀ ਜੀ, ਉਦੋਂ ਬਾਅਦ ਪਤਾ ਲੱਗਿਆ ਵੀ ਡਾਕਟਰ ਹੈ ਜਾਂ ਨਹੀਂ ਹੈ। ਹੁਣ ਕੀ ਮੰਗ ਕਰਨਾ ਚਾਹੀਦਾ? ਮੰਗ ਇਹ ਵੀ ਸੁਧਾਰ, ਥੋੜ੍ਹਾ ਜਿਹਾ ਉਹਨਾਂ ਦਾ ਹੋਸਪਿਟਲਾਂ ਦਾ ਥੋੜ੍ਹਾ ਸੁਧਾਰ ਹੋਣਾ ਚਾਹੀਦਾ। ਜਿਹੜੇ ਲੋਕ ਖਰਾਬ ਹੁੰਦੇ ਆ, ਇਹਨਾਂ ਟਾਈਮ ਅਗਲਾ ਟਾਈਮ ਕੱਢ ਕੇ ਆਉਂਦਾ, ਟਾਈਮ ਸਿਰ ਆਣ ਕੇ ਦਵਾਈ ਮਿਲਣੀ ਚਾਹੀਦੀ ਆ। ਮੇਰਾ ਨਾਮ ਬੇਬੀ। ਕੀ ਕਰਵਾਉਣਾ ਹੈ? ਮੈਂ ਆਪਣੇ ਬ੍ਰਦਰ ਦੀ ਦਿਮਾਗ ਦੀ ਦਵਾਈ ਲੈਣੀ ਹੈ। ਕਿੰਨੀ ਦੇਰ ਤੋਂ ਆ ਰਹੇ? ਸਾਨੂੰ 6-7 ਮਹੀਨੇ ਹੋ ਗਏ। ਤੇ ਅੱਜ ਪਰਚੀ ਕਟਾਉਣ ਦੀ ਕਿੰਨੀ ਦੇਰ ਹੋ ਗਈ? ਸਰ ਅੱਧਾ ਪੌਣਾ ਘੰਟਾ ਹੋ ਗਿਆ। ਤੇ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਹੋਏ? ਕਿ ਖੜੇ ਹੀ ਲਾਈਨ? ਨਹੀਂ, ਲਾਈਨ 'ਚ ਹੀ ਅਜੇ ਲੱਗੇ ਹੋਏ। ਜੇ ਪਰਚੀ ਕਟੀਚੇ ਕਿ ਉਸ ਤੋਂ ਬਾਅਦ ਡਾਕਟਰਾਂ ਦਾ ਨਾਮ ਮਿਲੇ ਤਾਂ ਫਿਰ ਕੀ ਕਰੋਗੇ? ਹਾਂਜੀ, ਫਿਰ ਦਵਾਈ ਯਾਨੀ ਕਿ ਜੋ ਪਹਿਲੇ ਚੱਲ ਰਹੀ ਹੈ ਪਰਚੀ 'ਤੇ ਲਿਖੀ ਹੋਈ ਲੈ ਕੇ ਚਲੇ ਜਾਵਾਂਗੇ। ਖੱਜਲ ਖੁਆਰੀ ਕੀ ਹੋ ਰਹੀ? ਟਾਈਮ ਬਹੁਤ ਲੱਗਦਾ, ਬਸ ਇਹੀ ਹੈ। ਪਰਚੀ ਕੱਟਣ ਵਾਲੇ ਘੱਟ ਨੇ ਕੀ? ਹਾਂਜੀ। ਮੱਲੂ ਵਾਲਾ ਪਿੰਡ ਜੀ। ਕਿੰਨੀ ਦੂਰ ਆਉਂਦੇ ਜੀ? ਮੈਂ ਇੱਥੋਂ 40 ਕਿਲੋਮੀਟਰ ਦੂਰ ਆਉਣਾ। ਰੋਜ਼ ਹੀ ਆਉਂਦੇ? ਮੈਨੂੰ ਹੋ ਗਿਆ ਤੇਜ਼ਾ ਹਫ਼ਤਾ ਹੋ ਗਿਆ। ਤੇ ਕੋਈ ਇੱਥੇ ਕੋਈ ਟੈਸਟ ਨਹੀਂ ਹੋ ਰਿਹਾ, ਦਵਾਈ ਕਹਿੰਦੇ ਖਤਮ ਹੈ, ਕਦੀ ਆਉਂਦੇ ਨੇ ਕੋਹ ਲੈ, ਗੱਲ ਹੀ ਨਹੀਂ ਕੋਈ ਸੁਣਦਾ ਹੈਗਾ। ਸਰਕਾਰ ਤਾਂ ਕਹਿੰਦੀ ਸਾਡੇ ਡਾਕਟਰ ਪੂਰੇ ਨੇ, ਸਾਡੀ ਹੈ ਡਾਕਟਰ ਪੂਰੇ ਦੀ ਫੈਸਿਲਿਟੀ ਦਿੱਤੀ ਜੇਗੀ ਤੁਹਾਨੂੰ। ਡਾਕਟਰ ਪੂਰੇ ਕੀ ਕਰਨਗੇ, ਦਵਾਈ ਨਹੀਂ ਹੈਗੀ, ਉਹ ਮੋੜ ਦਿੰਦੇ ਜਦੋਂ ਆਉਂਦੇ ਹੁਣ। ਫਿਰ ਮੈਨੂੰ ਅਗਲੇ ਮੰਗਲਵਾਰ ਫਿਰ ਬੋਲਿਆ ਨੇ ਆਇਆ ਜੀ, 3 ਹਫ਼ਤੇ ਅੱਗੇ ਆਉਂਦਾ ਰਿਹਾ, ਅੱਜ ਫਿਰ ਆਉਂਦੇ ਮੰਗਲਵਾਰ ਆਇਆ। ਖੱਜਲ ਖਵਾਰੀ ਕਰ ਰਿਹਾ ਬਹੁਤ ਜੀ, ਬਹੁਤ ਜ਼ਿਆਦਾ ਹੋ ਰਹੀ। ਹੁਣ ਕੀ ਮੰਗ ਹੈ ਤੁਹਾਡੀ? ਮੰਗ ਇਹੀ ਹੈ ਕਿ ਦਵਾਈ ਦਵੂਈ ਦੇਣ ਉਹਨਾਂ ਨੂੰ, ਵੀ ਟੈਸਟ ਕਰਨ, ਸਾਡਾ ਇਲਾਜ ਹੋਵੇ। ਹਾਂਜੀ, HIV ਦੇ ਟੈਸਟ ਕਾਲੇ ਪੀ ਲਈਏ ਤੇ ਮੈਂ ਕਰਵਾਏ ਨੇ, ਕੋਈ ਵੀ ਨਹੀਂ ਹੋਇਆ ਟੈਸਟ ਮੇਰਾ। ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਕਿੰਨੀ ਦੇਰ ਤੋਂ ਕੀ ਕਰਾਉਣਾ ਹੈ ਜੀ? ਇੱਥੇ ਸਰ ਬਸ ਗੁੜੀਆ ਦੀ ਮੈਡੀਸਿਨ ਲੈਣ ਆਏ ਸੀ ਤੇ ਇੱਕ ਸਿਰਫ ਪਰਚੀ ਕਟਾਉਣ ਲਈ 2 ਘੰਟੇ ਹੋ ਗਏ ਆ। ਲਗਭਗ 9:30 ਦਾ ਉਰੇ ਆ ਕੇ ਖੜਿਆ ਮੈਂ ਤੇ 2 ਵਿੰਡੋ ਖੁੱਲੀਆਂ, ਇੱਕ ਲੇਡੀਜ਼ ਦੀ ਇੱਕ ਜੈਂਟਸ ਦੀ। ਫਿਰ ਵੀ ਕੋਈ ਵਾਰੀ ਨਹੀਂ ਆਉਣ ਦੀ, ਆ ਸਹੂਲਤਾਂ ਮਿਲ ਰਹੀਆਂ ਸਾਨੂੰ ਸਰਕਾਰ ਵੱਲੋਂ। ਲੈਣਾ ਦੇਖ ਲਓ ਜੀ, ਜੇ ਥੋੜਾ 10 ਮਿੰਟ ਹੋਰ ਲੱਗੇ ਨੇ ਤਾਂ ਗੇਟ ਤੱਕ ਪਹੁੰਚ ਜਾਣਾ ਨੇ। 150 ਬੰਦਾ ਜੀ ਬਹੁਤ। ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰ ਰਹੀ ਹੈ, ਇੱਥੇ ਡਾਕਟਰ ਫੈਸਿਲਿਟੀ ਪੂਰੀ ਹੈ, ਸਾਡੇ ਕੋਲ ਹਰੇਕ ਸੇਵਾਵਾਂ ਪੂਰੀਆਂ ਨੇ। ਦੇਖੋ ਜੀ, ਗਵਰਨਮੈਂਟ ਆਪਦੇ ਵੱਲੋਂ ਪੂਰਾ ਜ਼ੋਰ ਲਾ ਰਹੀ ਹੈ, ਪਰ ਜਿਹੜੇ ਇੱਥੇ ਬੈਠੇ ਆ ਵਰਕਰ ਆ, ਹੈ ਨਾ, ਉਹ ਵੀ ਆਪਾਂ ਵੇਖ ਸਕਦੇ ਹਾਂ ਕਿੰਨਾ ਕੁ ਸਹਿਯੋਗ ਦੇ ਰਹੇ ਆ। ਕਿ ਕੋਈ ਕੋਈ ਰੋਟੀ ਖਾਣ ਚੱਲ ਜਾਂਦਾ, ਕੋਈ ਕਿਵੇਂ ਕਰਦਾ, ਕੋਈ ਕਿਵੇਂ ਕਰਦਾ ਆ। ਹੁਣ ਕੀ ਮੰਗ ਹੈ? ਮੰਗ ਬਸ ਇਹੋ ਹੀ ਆ ਕਿ ਆਪ ਸਰਕਾਰ ਖੁਦ ਕਰੇ, ਗੌਰ ਕਰੇ ਇਸ ਚੀਜ਼ 'ਤੇ, ਦੇਖੇ ਕੀ ਫੈਸਿਲਿਟੀਜ਼ ਮਿਲ ਰਹੀਆਂ ਆ, ਹੈ ਨਾ, ਲੋਕਾਂ ਨੂੰ ਮਿਲ ਰਹੀਆਂ, ਲੋਕ ਕਿੱਦਾਂ ਖੱਜਲ ਹੋ ਰਹੇ ਆ। ਅੱਜ ਕੱਲ੍ਹ ਟਾਈਮ ਹਰੇਕ ਬੰਦੇ ਕੋਲ ਥੋੜ੍ਹਾ ਥੋੜ੍ਹਾ ਹੀ ਆ, ਚਾਹੇ ਨਿਆਣਾ ਆ ਅਤੇ ਚਾਹੇ ਕੋਈ ਵੱਡਾ ਆ। ਉਮੀਦ ਲੱਗ ਤਾਂ ਨਹੀਂ ਰਹੀ, ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਆ। ਬਸ ਸਰ ਡਾਕਟਰ ਉੱਠ ਜਾਣੇ ਆ, ਬਿਲਕੁਲ ਜੀ ਬਿਲਕੁਲ, ਡਾਕਟਰ ਚੱਲ ਜਾਣੇ ਆ, ਕੱਲ੍ਹ ਨੂੰ ਫਿਰ ਘਰ ਚੱਲ ਜਾਣਾ, ਕੱਲ੍ਹ ਨੂੰ ਫਿਰ ਆਉਣਾ ਪੈਣਾ ਆ। ਇਹ ਤਾਂ ਸਮਝਣ ਡਏ ਆ, ਖਰੇ ਵਿਹਲੇ ਆ।